टीवी एनआरआई स्पोर्ट्स देख रहे सारे दर्शकों का बहुत बहुत स्वागत है। 28 अक्टूबर 2020 नूं होण वाले कबड्डी कप्पां दा वेरवा कुछ इस तरीके दे नाल है। अज दा पहला कबड्डी कप हो रहा है पिंड मल्ला बेदियां शहीद भगत सिंह नगर दे विच। कबड्डी आलोपन दे 8 क्लबां दे मुकाबले इत्थे करवाए जाणगे। पहले नंबर ते आउण वाली टीम नूं 61,000 रुपया दा इनाम ते दूजे नंबर ते आउण वाली टीम नूं 41,000 रुपया दा इनाम दित्ता जाएगा। ਉੱਥੇ ਜੇ ਗੱਲ ਕਰੀਏ ਦੂਜੇ ਕਬੱਡੀ ਕੱਪ ਦੀ ਤੇ ਉਹ ਹੁਣ ਜਾ ਰਿਹਾ ਪਿੰਡ ਮਜਾਰਾ ਰਾਜਾ ਸਾਹਿਬ ਵਿਖੇ। ਕਬੱਡੀ ਓਪਨ ਦੇ ਮੁਕਾਬਲੇ ਇੱਥੇ ਕਰਵਾਏ ਜਾਣਗੇ। ਤਿੰਨ ਖਿਡਾਰੀ ਇੱਥੇ ਬਾਹਰੋਂ ਦੀ ਖੇਡ ਸਕਦੇ ਨੇ। ਪਹਿਲਾ ਇਨਾਮ 41,000 ਰੁਪਿਆ ਦਾ ਜਦਕਿ ਦੂਜਾ ਇਨਾਮ 31,000 ਰੁਪਿਆ ਦਾ ਰੱਖਿਆ ਗਿਆ ਹੈ। ਬੈਸਟ ਰੇਡਰ ਤੇ ਜਾਫੀ ਨੂੰ LED ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਤੀਜੇ ਕਬੱਡੀ ਕੱਪ ਦੀ ਗੱਲ ਕਰੀਏ ਤੇ ਉਹ ਹੁਣ ਜਾ ਰਿਹਾ ਪਿੰਡ ਚੈਲਾਂ ਵਾਲੀ ਜ਼ਿਲ੍ਹਾ ਮਾਨਸਾ ਵਿੱਚ। ਕਬੱਡੀ 75 ਕਿਲੋ ਨੈਸ਼ਨਲ ਸਟਾਈਲ ਦੇ ਮੈਚ ਇੱਥੇ ਕਰਵਾਏ ਜਾਣਗੇ। ਇੱਕ ਖਿਡਾਰੀ ਬਾਹਰੋਂ ਦੀ ਖੇਡ ਸਕਦਾ ਹੈ। ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 7,500 ਰੁਪਿਆ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 5,100 ਰੁਪਿਆ ਦਾ ਇਨਾਮ ਦਿੱਤਾ ਜਾਵੇਗਾ। ਸਵੈਤ ਸਨ 28 ਅਕਤੂਬਰ ਨੂੰ ਹੋਣ ਵਾਲੇ ਕਬੱਡੀ ਕੱਪ। ਜੇਕਰ ਤੁਸੀਂ ਵੀ ਆਪਣੇ ਪਿੰਡ ਦਾ ਖੇਡ ਮੇਲਾ ਟੀਵੀ NRI ਸਪੋਰਟਸ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਕਰੋ। ਨਾਲ ਦੀ ਨਾਲ ਹੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਟੀਵੀ NRI ਸਪੋਰਟਸ ਦੀ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚ ਸਕੇ। ਟੀਵੀ NRI ਸਪੋਰਟਸ ਦੇ ਲਈ ਪਰਮਜੀਤ ਸਿੰਘ ਪੰਮਾ ਦੀ ਰਿਪੋਰਟ।